Okay, welcome to our YouTube channel. Today we are again in Village Bhutar. Today we will shoot the videos about modified tractor. It's like farm track. So gal karde haan apan ट्रैक्टर के ओनर्स नाल की मॉडिफिकेशन करवा रखिया ने बैटरी डिटेल इन्हों तो लवेंगे अबाउट प्राइस अबाउट टायर्स किन्ने इंच टायर पाए ने अलॉय व्हील्स साउंड सिस्टम बहुत हैवी लगे तो गल करते हैं मिस्टर गिल नाल। हेलो सर, हाउ आर यू? ਹੋਰ ਵੀਰੇ ਕੀ ਹਾਲ? ਠੀਕ ਹੋ? ਹਾਂ ਜੀ ਸਰ, ਦੱਸੋ ਕੀ ਕੀ ਕੁਝ ਕਰਵਾ ਰੱਖਿਆ ਟਰੈਕਟਰ ਦੇ ਵਿੱਚ? ਤੁਸੀਂ ਗੱਲ ਕਰਦੇ ਆਪਾਂ ਟਾਇਰਸ ਤੋਂ ਕਿੰਨੇ ਇੰਚ ਟਾਇਰਸ ਨੇ ਤੇ ਕੀ ਮੌਨਸਟਰ ਟਾਇਰ ਲਾਈਕ ਆਫ ਰੋਡਿੰਗ ਦੇ ਟਾਇਰ ਨੇ ਕਿੱਥੋਂ ਪਵਾਏ ਸੀ? ਕੀ ਖਰਚਾ ਆਇਆ ਸੀ ਤੁਹਾਡਾ? ਇਹ ਤੇ ਵੀਰੇ 32,000 ਰੁਪਏ ਖਰਚਾ ਆਇਆ ਸੀਗਾ। ਓਕੇ। ਹਾਂਜੀ, ਪਹਿਲਾਂ ਅਸੀਂ ਨਾ ਲਾਏ ਪਾਏ ਹੋਏ ਸੀ ਇਹ। ਠੀਕ ਹੈ ਜੀ। ਜਿੱਦਾਂ 5 ਸਟਾਰ ਵਾਲੇ ਲਾਏ ਪਾਏ ਹੋਏ ਸੀ ਉਹ ਇੰਨੀ ਲੁੱਕ ਬਣੀ ਨਹੀਂ, ਫਿਰ ਸਾਨੂੰ ਆ ਚੇਂਜ ਕਰਾਉਣਾ ਪਿਆ। ਆਫ ਰੋਡਿੰਗ ਦੇ ਲਈ ਤੁਸੀਂ ਤੁਹਾਡਾ ਸ਼ੌਂਕ ਸੀਗਾ ਟਾਇਰ ਯੂਜ਼ ਕਰਨ ਦਾ ਜਾਂ ਵੈਸੇ ਹੀ ਤੁਸੀਂ ਟ੍ਰੈਂਡਿੰਗ ਦੇ ਵਿੱਚ? ਸ਼ੌਂਕ ਲੱਗਦਾ, ਸ਼ੌਂਕ ਜੀ ਵੀਰੇ। ਸ਼ੌਂਕ ਹੀ ਸੀਗਾ ਤੁਹਾਨੂੰ ਯੂਜ਼ ਕਰਨ ਦਾ ਤੇ ਓਕੇ। ਤੇ ਟੋਟਲ ਖਰਚਾ ਕਿੰਨਾ ਲੱਗ ਗਿਆ ਸੀ ਦੋਨਾਂ ਜੋੜੀਆਂ ਦੇ ਟਾਇਰ ਦੀਆਂ? ਇਹ ਤੇ 32,000 ਰੁਪਏ ਲੱਗ ਗਏ। 32,000 ਰੁਪਏ ਟੋਟਲ ਖਰਚਾ ਆਇਆ ਸੀਗਾ। ਦੋ ਟਾਇਰ ਤੁਸੀਂ ਦੇਖ ਸਕਦੇ ਹੋ, ਆਫ ਰੋਡਿੰਗ ਮੌਨਸਟਰ ਟਾਇਰ ਨੇ, ਬਹੁਤ ਵੱਡੇ ਵੱਡੇ ਟਾਇਰ ਨੇ ਟਰੈਕਟਰ ਤੇ ਜੋ ਲੱਗੇ ਹੋਏ ਨੇ ਇਸ ਟਾਈਮ ਤੇ। ਗੱਲ ਕਰਦੇ ਨੈਕਸਟ ਮੋਡੀਫਿਕੇਸ਼ਨ ਦੀ ਜੋ ਇਹਨਾਂ ਨੇ ਕਰਵਾ ਰੱਖੀ ਆ। ਲਾਈਕ ਆਪਾਂ ਗੱਲ ਕਰਾਂਗੇ ਹਾਰਨ ਦੀ, ਪ੍ਰੈਸ਼ਰ ਹਾਰਨ ਲਗਵਾ ਰੱਖੇ ਨੇ ਇਹਨਾਂ ਨੇ, ਸਿਲਵਰ ਕਲਰ ਦੇ ਹਾਰਨ ਲੱਗੇ ਹੋਏ ਨੇ। ਇਹਨਾਂ ਦੇ ਬਾਰੇ ਦੱਸੋ ਸਰ। ਇਹ ਤਾਂ ਵੀਰੇ 1000 ਰੁਪਏ ਦੀ ਲਵਾਈ ਆ ਨਾ। 1000 ਰੁਪਏ ਦੇ ਵਿੱਚ ਇਹਨਾਂ ਨੇ ਹਾਰਨ ਲਗਵਾ ਕੇ ਰੱਖਿਆ ਤੇ ਇੱਕ ਵਾਰ ਸਾਨੂੰ ਸਾਊਂਡ ਸੁਣਾਉਂਗੇ ਇਹਨਾਂ ਹਾਰਨ ਦਾ ਵੀ ਕਿੱਦਾਂ ਦਾ ਸਾਊਂਡ ਆ ਇਹਨਾਂ ਦਾ। ਕਾਰਨ ਵੇਟਿੰਗ ਵਾਲੇ ਨੇ ਇਹ ਅਦੂਏ ਨੇ ਇਹ ਹੰਡ ਪੰਪ ਵਾਲੇ ਨੇ ਵੇ। ਤੁਸੀਂ ਹਾਰਨ ਸੁਣਿਆ, ਬਹੁਤ ਜ਼ਿਆਦਾ ਆਵਾਜ਼ ਆ, ਬਹੁਤ ਜ਼ਿਆਦਾ ਹਾਰਨ ਦੀ ਆਵਾਜ਼ ਆ। ਪ੍ਰੈਸ਼ਰ ਹਾਰਨ ਲਗਵਾ ਕੇ ਰੱਖੇ ਨੇ ਫਰੰਟ ਤੇ, ਇਹਨਾਂ ਨੇ ਆਪਣੇ ਹਾਰਨ ਲਗਵਾ ਕੇ ਰੱਖੇ ਹੋਏ ਨੇ। ਦੂਸਰੇ ਮਿੰਡਾ ਦੇ ਜਾਂ ਜੋ ਵੀ ਰੂਟਸ ਦੇ ਹਾਰਨ ਆਏ ਹੋਏ ਨੇ ਉਹ ਲਗਵਾਏ ਹੋਏ ਨੇ ਇਹਨਾਂ ਦੀ ਬਹੁਤ ਜ਼ਿਆਦਾ। ਮੂਹਰੇ ਲਾਈਟਸ ਦੀ ਵੀ ਗੱਲ ਕਰਾਂਗੇ, ਬਟ ਆਪਾਂ ਅੱਗੇ ਗੱਲ ਕਰਦੇ ਹਾਂ ਅਨਦਰ ਮੋਡੀਫਿਕੇਸ਼ਨ ਜੋ ਇਹਨਾਂ ਨੇ ਮਗਰਾੜ ਦੇ ਉੱਤੇ ਲਗਵਾ ਕੇ ਰੱਖੀ ਆ। ਵਾਈਟ ਕਲਰ ਦੀ ਲਾਈਟਸ ਨੇ ਸਰ, ਇਹ ਐਚ ਆਈ ਡੀ ਨੇ ਜਾਂ ਬਲੂ ਕਲਰ ਜਾਂ ਯੈਲੋ ਕਲਰ ਦੀ ਲਾਈਟਸ ਨੇ? ਨਹੀਂ, ਐਚ ਆਈ ਡੀ ਨੇ ਵੀਰੇ। ਸੋ ਵਾਈਟ ਕਲਰ ਦੀਆਂ ਲਾਈਟਸ ਨੇ, ਤੁਸੀਂ ਦੇਖ ਸਕਦੇ ਹੋ ਓਵਰਲੁੱਕ ਇਹਨਾਂ ਦੀ ਦੋਨਾਂ ਲਾਈਟਸ ਦੀ। ਤੁਹਾਨੂੰ ਦਿਖਾਉਂਦੇ ਆ ਕਿ ਦੋਨੋਂ ਸਾਈਡਸ ਤੇ ਲਾਈਟ ਲੱਗੀਆਂ ਨੇ। ਕੀ ਖਰਚਾ ਆਇਆ ਸੀ ਤੇ ਕਿੱਥੋਂ ਤੁਸੀਂ ਸਾਰੇ ਮੋਡੀਫਿਕੇਸ਼ਨ ਕਰਵਾਈਏ, ਕਿੱਥੋਂ ਲਾਈਟਸ? ਇਹ ਵੀਰੇ ਆਪਾਂ ਲੁਧਿਆਣੇ ਤੋਂ ਲਿਆਂਦੀਆਂ ਸੀਗੀਆਂ ਨਾ, ਆਪ ਹੀ ਲੈ ਕੇ ਆਏ ਸੀ ਵੀ ਮਾਮਾ ਆਉਂਦਾ ਮਾਮਾ ਜਿਹੜੇ ਉਹਦੀ ਹੈਗੀ ਆ ਸ਼ਾਪ, ਉਹ ਤੋਂ ਲੈ ਕੇ ਆਏ ਸੀਗੇ। ਠੀਕ ਹੈ ਜੀ। ਕਿੰਨਾ ਖਰਚਾ ਆ ਗਿਆ ਸੀਗਾ ਜੀ ਟੋਟਲ? ਇਹ ਤੇ ਆਲਮੋਸਟ ਮੈਨੂੰ ਲੱਗਦਾ 5,000 ਆਇਆ ਸੀਗਾ ਵੀਰੇ। 5,000 ਦੇ ਵਿੱਚ ਦੋ ਲਾਈਟਸ ਨੇ। ਇੱਕ ਵਾਰ ਆਪਾਂ ਇਹਨਾਂ ਦੀ ਆਨ ਦੇਖਾਂਗੇ ਕਿੱਦਾਂ ਦੀ ਲੁੱਕ ਨਿਕਲਦੀ। ਇੱਕ ਵਾਰ ਸਰ ਚਲਾ ਕੇ ਦਿਖਾਇਓ ਲਾਈਟਸ ਕਿੱਦਾਂ ਦੀ। ਸੋ ਲਾਈਟਸ ਤੁਸੀਂ ਦੇਖੀਆਂ ਨੇ ਤੇ ਅੱਗੇ ਗੱਲ ਕਰਦੇ ਆ ਆਪਾਂ ਮਿਊਜ਼ਿਕ ਸਿਸਟਮ ਤੇ ਉੱਪਰ ਐਚ ਆਈ ਡੀ ਲਾਈਟਸ ਵੀ। ਪਹਿਲਾਂ ਆਪਾਂ ਗੱਲ ਕਰਾਂਗੇ ਉੱਪਰਲੀ ਐਚ ਆਈ ਡੀ ਲਾਈਟਸ ਦੀਆਂ। ਸਰ ਇਹ ਤੁਸੀਂ ਬਾਅਦ ਵਿੱਚ ਲਗਵਾਈਆਂ ਨੇ ਜਾਂ ਇੱਕੋ ਕੰਮ ਇੱਕੋ ਵਾਰ 'ਚ ਹੋਇਆ ਸਾਰਾ ਕੰਮ? ਜਿੰਨੇ ਵੀ ਮੋਡੀਫਿਕੇਸ਼ਨ ਡਨ ਹੋਈ ਹੋਈ ਆ ਉਹ ਸਾਰੀ ਇੱਕੋ ਵਾਰ 'ਚ ਹੋਈ ਆ ਜਾਂ ਪਾਰਟ ਬਾਈ ਪਾਰਟ ਕਰਕੇ ਹੋਈ ਆ? ਇਹ ਇੱਕੋ ਵਾਰ 'ਚ ਹੋਈ ਸੀ, ਐਲ ਈ ਡੀ ਜਿੰਨੀਆਂ ਵੀ ਲਾਈਟਾਂ ਲੱਗੀਆਂ ਨੇ ਸਾਰੀਆਂ ਇੱਕੋ ਵਾਰ 'ਚ ਲਿਆ ਕੇ ਲਾਈਆਂ ਸੀਗੀਆਂ। ਠੀਕ ਹੈ ਸਰ। ਉੱਪਰਲੀ ਲਾਈਟਸ ਵੀ ਸਾਨੂੰ ਚਲਾ ਕੇ ਦਿਖਾਏ ਤੇ ਉਹਨਾਂ ਦਾ ਟੋਟਲ ਖਰਚਾ ਦੱਸਿਓ ਵੀ ਕਿੰਨਾ ਖਰਚਾ ਆਏਗਾ ਟੋਟਲ ਤੇ ਟੋਟਲ ਕਾਸਟ ਜਿੰਨੀ ਤੁਹਾਡੀ ਲਾਈਟ ਦਾ ਕੰਮ ਹੋਇਆ ਟਰੈਕਟਰ ਤੇ ਕਿੰਨੀ ਟੋਟਲ ਖਰਚਾ ਆਇਆ ਸੀ ਟੋਟਲ ਲਾਈਟਸ ਦਾ? ਇਹ ਹੈ ਨਾ ਜਿਹੜੀ ਐਲ ਈ ਡੀ ਵੱਡੀ ਐਲ ਈ ਡੀ ਆਈ ਵੀਰੇ 3,000 ਦੀ ਸੀਗੀ। ਠੀਕ ਹੈ ਜੀ। ਆਹ ਛੋਟੀਆਂ ਸੀਗੀਆਂ ਨਾ। ਠੀਕ ਹੈ। ਤੇ ਮੂਹਰੇ ਇੱਕ ਲੱਗੀ ਹੋਈ ਆ ਬੰਪਰ ਤੇ, ਉਹ ਵੀ ਉਹ 2200 ਦੀ ਸੀ ਤੇ ਇੱਕ ਫਰੰਟ ਤੇ ਵੀ ਲੱਗੀ ਹੋਈ ਆ। ਫਰੰਟ ਦੀ ਆਪਾਂ ਦਿਖਾਵਾਂਗੇ ਤੁਹਾਨੂੰ, ਉਹ ਤੇ ਵੀ ਕਾਫੀ ਅਟਰੈਕਟਿਵ ਲਾਈਟਿੰਗ ਤੇ ਕਾਫੀ ਖਰਚਾ ਕੀਤਾ ਹੋਇਆ ਇਹਨਾਂ ਨੇ ਜਿੱਦਾਂ ਕਿ ਤੁਹਾਨੂੰ ਬੈਟਰ ਡਿਟੇਲ ਦੱਸੀ ਆ। ਅਬਾਊਟ ਪ੍ਰਾਈਜ਼ ਕਿੱਥੋਂ ਮੋਡੀਫਾਈ ਕਰਵਾਇਆ ਸੀ ਸਰ ਤੁਸੀਂ ਟੋਟਲ? ਇਹ ਸਾਰਾ ਸਮਾਨ ਲੁਧਿਆਣੇ ਤੋਂ ਲਿਆਂਦਾ ਸੀਗਾ ਵੀਰੇ, ਆਪ ਹੀ ਲਿਆਂਦਾ ਜੀ, ਆਪ ਹੀ ਲਿਆ ਕੇ ਲਾਇਆ ਸੀਗਾ, ਆਪ ਹੀ ਫਿੱਟ ਕੀਤਾ ਤੁਸੀਂ? ਆਪ ਹੀ ਫਿੱਟ ਕੀਤਾ ਇਹਨਾਂ ਨੇ, ਮੋਡੀਫਾਈ ਵੀ ਆਪ ਹੀ ਕੀਤਾ। ਤੁਸੀਂ ਦੇਖ ਸਕਦੇ ਹੋ ਕਿ ਸ਼ੌਂਕ ਦਾ ਕੋਈ ਮਿਲ ਨਹੀਂ। ਐਜ਼ ਵੀ ਟੋਲਡ ਅਬਾਊਟ ਦਾ ਲਾਸਟ ਵੀਡੀਓਜ਼ ਕਿ ਸ਼ੌਂਕ ਦੇ ਨਾਲ ਇਹਨਾਂ ਨੇ ਜਿਪਸੀ ਤਿਆਰ ਕਰਵਾਈ ਸੀਗੀ 6.5 ਲੱਖ ਰੁਪਏ ਤੇ, ਉਹਨਾਂ ਦਾ ਹੀ ਟਰੈਕਟਰ ਆ ਇਹ। ਟਰੈਕਟਰ ਬਹੁਤ ਵਧੀਆ ਤਰੀਕੇ ਨਾਲ ਮੋਡੀਫਾਈ ਕੀਤਾ ਹੈ। ਤੇ ਗੱਲ ਕਰਦੇ ਹਾਂ ਬੂਫਰਸ ਦੀ, ਜੋ ਸਾਊਂਡ ਸਿਸਟਮ ਲੱਗਿਆ ਹੋਇਆ ਇਹਨਾਂ ਦੇ ਟਰੈਕਟਰ ਤੋਂ, ਤੁਹਾਨੂੰ ਇੱਕ ਓਵਰਲੁੱਕ ਦੇਵਾਂਗੇ ਬਾਅਦ ਵਿੱਚ, ਡਿਟੇਲ ਦੱਸਾਂਗੇ ਵੀ ਕਿੰਨੇ ਇੰਚ ਦਾ ਬੂਫਰ ਲੱਗੇ ਹੋਇਆ, ਕਿੰਨੇ ਸਪੀਕਰ ਲੱਗੇ ਹੋਏ ਨੇ ਤੇ ਕਿੰਨੇ ਬੂਫਰ ਲੱਗੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਐਂਪਲੀਫਾਇਰ ਵੀ ਲੱਗਿਆ ਹੋਇਆ, ਇੰਟਰਫਾਇਰ ਦਾ ਐਂਪਲੀਫਾਇਰ ਲੱਗਿਆ ਹੋਇਆ। ਤੇ ਗੱਲ ਕਰਦੇ ਹਾਂ ਕਿੰਨਾ ਖਰਚਾ ਤੁਹਾਡਾ ਟੋਟਲ ਸਾਊਂਡ ਸਿਸਟਮ ਤੇ ਆਇਆ ਸੀਗਾ ਸਰ? ਸਾਊਂਡ ਸਿਸਟਮ ਤੇ 55,000 ਰੁਪਏ ਆ ਗਿਆ ਸੀਗਾ ਵੀਰੇ ਆਲਮੋਸਟ। ਹਾਂਜੀ, ਆਪ ਹੀ ਲਿਆ ਕੇ ਫਿੱਟ ਕੀਤਾ ਸੀਗਾ ਇਹ, ਜਿੱਦਾਂ ਆਪ ਹੀ ਲਿਆ ਗਿਆ ਸੀ ਵੀਰੇ। ਸਾਡੇ ਮੇਰੇ 4 ਦੇ ਬੂਫਰ ਲਾਏ ਹੋਏ ਨੇ, ਠੀਕ ਆ ਜੀ, ਸਪੀਕਰ ਨੇ 10 ਸਪੀਕਰ ਨੇ, ਸਪੀਕਰ ਨੇ ਨਾਲ, ਠੀਕ, ਛੋਟੇ ਵੀ ਨੇ ਬੜੇ ਵੀ ਨੇ।
ਤੇ ਸਾਡਾ ਐਮਪੀ ਦਾ ਵੀ ਸਾਨੂੰ ਬੰਦਾ ਪਾਣੀ ਸੰਘਰਸ਼ ਦਾ ਬਹੁਤ ਕੀਤਾ ਵਾ ਠੀਕ ਹੈ ਜੀ ਪਹਿਲਾਂ ਗਏ ਸਾਡਾ ਪਹਿਲਾਂ ਐਮਪੀ ਸੀਗਾ ਚੱਲ ਗਿਆ ਜੀ ਠੀਕ ਹੈ ਗਰਮ ਹੋ ਕੇ ਡਿੱਗਿਆ ਵਿੱਚ ਫਿਰ ਸਾਨੂੰ ਬੰਦਾ ਲੱਭਿਆ ਘੰਟਾ ਘਰ ਗਏ ਸੀ टोटल मॉडिफाइड आ उस तो उपर इन्हों के एम्पलीफायर लगे कि जिदा इन्होंने दसिया कि जो फास्ट इंस्टॉल करवाई सी इन्होंने उन्होंने एम्प बर्न हो गया बर्न इन्होंने अनदर इन्होंने दसिया कि असी एम्पलीफायर दोबारा लाया तुम देख सकते हो दो बूफर ने 15 इंचज नीचे ने जो लगे हुए हैं दो है बैक साइड जिथों ये सैट करते हैं तो चार स्पीकर इधरली साइड लगे हुए हैं चार स्पीकर राइट साइड लगे हुए हैं तुम ये भी देख सकते हो तो बैक साइड पर भी लाइट्स लगी हुई ने सेम लाइक जिड़िया फ्रंट पर लगिया हुई सीगियां तो हुण आपां म्यूजिक सुनांगे जरूर इहदे लई एनसीएस का म्यूजिक ला के सुनांगे तो लाइट्स ने एक बार तुहानू ओवरलुक दिखावांगे लाइट्स दियां जो बैक साइड ने यह ब्रेकिंग लाइट ने जां किद्दां सर नहीं ब्रेक ब्रेकां ते भी आ वीरे इंडीकेटर ते जिद्दां नॉर्मल गड्डी च हुंदी उद्दां ही आ ठीक है हाँ जी सेम लाइक सिस्टम इन्होंने गड्डी दे तरीके नाल इन्हों मॉडिफाई किया होया ते गल करदे आ नैक्सट वन इन्होंने साउंड सिस्टम की गल करती सी आफ्टर दैट आप गल करांगे जो रेयर टायर ने इन्हां दे विच अलॉय व्हील भी लगे हुए ने एंड ते आपां तुहानू साउंड म्यूजिक चला के दिखावांगे किन्ना हैवी म्यूजिक सिस्टम लग्या ते गल करदे आ बैक साइड जो रेयर साइड अलॉय व्हील लग्या सर ये तुसीं कित्थों चूज किया कित्थों करवाया ते किन्ने पैसे तुहाडे टोटल खर्च होया ये वीरे असीं अमरगढ़ तों लैके आए सी अमरगढ़ तों लैके आए सी ऑल पिंड आ ਡਾਲੇ ਕੋਲੇ ਅਸੀਂ ਆਨਲਾਈਨ ਕੱਢ ਕੱਢ ਕੇ ਆਣ ਕੇ ਬੰਦੇ ਨੇ ਕਹਾਂ ਕਾਲ ਕੀਤੀ ਜਿਹੜੇ ਵੀਰੇ ਇਹ ਨੇ ਆਪਣੇ ਪਲੇਟਾਂ ਇਹ ਇੰਜਨਲ ਨੇ ਓਕੇ ਓਕੇ ਹਾਂਜੀ ਓਰੀਜਨਲ ਪਲੇਟਸ ਨੇ ਮਤਲਬ ਕਿ ਇਹਦੇ ਨਾਲ ਜ਼ਿਆਦਾ ਲਾਈਕ ਕਿ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਜੇ ਸੇਫਟੀ ਜ਼ਿਆਦਾ ਵਾ ਟਰੈਕਟਰ ਦੀ ਲਾਈ ਮਿਲਦੀ ਜ਼ਿਆਦਾ ਵੀਰੇ ਕਿਉਂਕਿ ਅਸੀਂ ਇਹ ਚੀਜ਼ ਆਉਣੇ ਪੰਜ ਸਟੀਅਰਿੰਗ ਹਿੱਸਾ ਇਹ ਜਿਹਾ ਕਿੱਥੇ ਲੱਗਿਆ ਜਿਵੇਂ ਸਾਹ ਵਾਲਾ ਹੋ ਗਿਆ ਤੇ ਤੁਸੀਂ ਦੱਸੋਗੇ ਕਿ ਸਟੀਅਰਿੰਗ ਤੁਸੀਂ ਪਹਿਲਾਂ ਮੋਡੀਫਾਈ ਸੀ ਜਾਂ ਤੁਸੀਂ ਆਫਟਰ ਕਰਵਾਇਆ ਮੋਡੀਫਾਈ ਉਹ ਬਾਅਦ ਚ ਕਰਵਾਇਆ ਵੀਰੇ ਹਨਾ ਠੀਕ ਹੈ ਜਿੱਦਾਂ ਪਲੇਟਾਂ ਸੀਗੀਆਂ ਸਟੀਅਰਿੰਗ ਸੀਗਾ ਤੇ ਇਹ ਇਕੱਠੇ ਲਿਆਂਦਾ ਸੀ ਮਤਲਬ ਕਿ ਸਟੀਅਰਿੰਗ ਆ ਤੁਹਾਡਾ ਸਟੀਅਰਿੰਗ ਵੀ ਮੋਡੀਫਾਈ ਇੱਕ ਵਾਰ ਤੁਹਾਨੂੰ ਅਸੀਂ ਓਵਰ ਲੁੱਕ ਦਿਖਾਵਾਂਗੇ ਬਿਲਕੁਲ ਨੀਅਰ ਤੋਂ ਕਿ ਸਟੀਅਰਿੰਗ ਵੀ ਜਿਹੜਾ ਇਹਨਾਂ ਨੇ ਪੂਰਾ ਮੋਡੀਫਾਈ ਕਰਵਾ ਕੇ ਰੱਖਿਆ ਤੇ ਆਫਟਰ ਦੈਟ ਇਹਨਾਂ ਨੇ ਕੁਝ ਹੋਰ ਮੋਡੀਫਿਕੇਸ਼ਨ ਵੀ ਕਰਵਾ ਕੇ ਰੱਖੀ ਆ ਜੋ ਤੁਸੀਂ ਫਰੰਟ ਤੇ ਦੇਖ ਸਕਦੇ ਹੋ ਬਿਲਕੁਲ ਸਟੀਲ ਦਾ ਵਰਕ ਕਰਵਾਇਆ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਕਰਵਾਇਆ ਜਿੱਦਾਂ ਕਿ ਅਲਾਈ ਵੀਲ ਦੀ ਗੱਲ ਕਰਦੇ ਸੀ ਅਲਾਈ ਵੀਲਾਂ ਦੇ ਸਰ ਕਿੰਨਾ ਖਰਚਾ ਇਹਦੇ ਨਾਲ ਤੁਸੀਂ ਟਾਇਰ ਸਾਈਜ਼ ਵੀ ਵੱਡਾ ਕੀਤਾ ਜਾਂ ਟਾਇਰ ਸੇਮ ਆ ਨਹੀਂ ਟਾਇਰ ਸੇਮ ਹੀ ਆ ਵੀਰੇ ਟਾਇਰ ਸੇਮ ਹੀ ਆ ਪਲੇਟਾਂ ਤੇ ਸਟੀਅਰਿੰਗ ਤੇ ਨਾ ਇਹ ਇਕੱਠੇ ਲੈ ਕੇ ਆਂਦੇ 28000 ਦਾ ਆ ਗਿਆ 28000 ਆ ਗਿਆ 28000 ਵੀ 28000 ਦਾ ਇਹਨਾਂ ਦਾ ਦੋਨਾਂ ਰੇਅਰ ਅਲਾਈ ਵੀਲ ਦਾ ਖਰਚਾ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਸੋਹਣੀ ਅੰਡਰ ਲਾਈਟਸ ਵੀ ਲੱਗੀਆਂ ਹੋਈਆਂ ਨੇ ਤੇ ਉਹ ਵੀ ਦੇਖਾਂਗੇ ਐਂਡ ਤੇ ਕੋਈ ਨਾਈਟ ਦੀ ਵੀਡੀਓ ਹੋਏਗੀ ਤੇ ਹੁਣ ਵੀ ਸ਼ੂਟ ਕਰਾਂਗੇ ਨਾਈਟ ਦੀ ਵੀਡੀਓ ਲੈ ਕੇ ਵੀ ਦੇਖੋ ਬਲੂ ਕਲਰ ਦੀ ਲਾਈਟਸ ਵੀ ਚੱਲਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬਲੂ ਕਲਰ ਦੀ ਇਹਨਾਂ ਨੇ ਅਲਾਈਜ਼ ਵਿੱਚ ਟਾਇਰ ਅਲਾਈ ਦੇ ਵਿੱਚ ਟਾਇਰਸ ਲਾਈਟਸ ਲਗਵਾਈਆਂ ਨੇ ਜੋ ਆਪਾਂ ਕਾਰਸ ਦੇ ਵਿੱਚ ਮੋਸਟਲੀ ਦੇਖਦੇ ਹਾਂ ਇਹਨਾਂ ਨੇ ਸੇਮ ਲਾਈਕ ਕਾਰ ਦੇ ਤਰੀਕੇ ਨਾਲ ਟਰੈਕਟਰ ਨੂੰ ਮੋਡੀਫਾਈ ਕਰਵਾ ਕੇ ਰੱਖਿਆ ਤੇ ਆਪਾਂ ਮਿਊਜ਼ਿਕ ਸੁਣਾਂਗੇ ਐਨਸੀਐਸ ਦਾ ਲਾ ਕੇ ਤੇ ਬੇਸ ਦੇਖਾਂਗੇ ਕਿੰਨੀ ਕਾ ਕਲੈਰਿਟੀ ਕਿੰਨੀ ਕਾ ਜੇ ਤੁਸੀਂ ਸਾਡਾ ਪੰਜਾਬੀ ਦੇ ਵਿੱਚ ਸੁਣਨਾ ਤਾਂ ਸਾਡੇ ਇੰਸਟਾਗ੍ਰਾਮ ਚੈਨਲ ਤੇ ਇੰਸਟਾਗ੍ਰਾਮ ਪੇਜ ਤੇ ਜਾ ਕੇ ਸੁਣ ਸਕਦੇ ਹੋ ਇੰਸਟਾਗ੍ਰਾਮ ਪੇਜ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਵਾਂਗੇ ਮਾਨ ਅੰਡਰਸਕੋਰ ਕ੍ਰੀਏਟਰਸ ਦੇ ਨਾਮ ਤੇ ਸਾਡਾ ਇੰਸਟਾਗ੍ਰਾਮ ਚੈਨਲ ਆ ਆਪਾਂ ਟੋਟਲ ਤੁਹਾਨੂੰ ਟਰੈਕਟਰ ਦਾ 1x1 ਕਰਕੇ ਸਾਰਾ ਦਿਖਾਇਆ ਮੋਡੀਫਿਕੇਸ਼ਨ ਦਾ ਕੀ ਖਰਚਾ ਲੱਗਿਆ ਕੀ ਸਪੈਂਟ ਹੋਈ ਹੈ ਟੋਟਲ ਮਨੀ ਗੱਲ ਕਰਦੇ ਹਾਂ ਟਰੈਕਟਰ ਦੇ ਓਨਰਸ ਨੇ ਵੀ ਕਿੰਨਾ ਇਹਨਾਂ ਨੇ ਟੋਟਲ ਸਪੈਂਟ ਕੀਤਾ ਮੋਡੀਫਿਕੇਸ਼ਨ 'ਤੇ ਹਾਂਜੀ ਗਿੱਲ ਬਾਈ ਕਿੰਨੇ ਟੋਟਲ ਤੁਹਾਡੇ ਪੈਸੇ ਲੱਗ ਚੁੱਕੇ ਨੇ ਹੁਣ ਤੱਕ ਇਹ ਤਾਂ ਵੀਰੇ ਆਲਮੋਸਟ 1,70,000-75,000 ਲੱਗ ਗਿਆ 1,70,000-75,000 ਲੱਗਿਆ ਅਤੇ ਅਪਕਮਿੰਗ ਤੁਸੀਂ ਕੁਛ ਅਪਡੇਟ ਕਰਵਾਉਣਾ ਚਾਹੁੰਦੇ ਹੋ ਟਰੈਕਟਰ ਦੇ ਵਿੱਚ ਮੋਡੀਫਾਈ ਕਰਵਾਉਣਾ ਚਾਹੁੰਦੇ ਹੋ ਹਾਂਜੀ ਵੀਰੇ ਇੱਕ ਤਾਂ ਸਿਸਟਮ ਦਾ ਵੀ ਆ ਥੋੜ੍ਹਾ ਜਿਹਾ ਹਨਾ ਸਾਊਂਡ ਸਿਸਟਮ ਦਾ ਸਾਊਂਡ ਸਿਸਟਮ ਦੇ ਵਿੱਚ ਕੁਝ ਅਪਡੇਸ਼ਨ ਕਰਵਾਉਣੀਆਂ ਨੇ ਤੁਸੀਂ ਹਾਂਜੀ ਠੀਕ ਹੈ ਤੇ ਹੋਰ ਬਾਅਦ ਇਹ ਨਾ ਇੱਕ ਬੈਕ
ਉਹਦੇ ਵਿੱਚ ਚੱਕਿਆਂ ਦੇ ਵਿੱਚ ਉਹ ਲਾਈਮ ਹੁੰਦਾ ਨਾ ਘੁੰਮਦਾ ਓਕੇ ਓਕੇ ਪਲੇਟ ਜੀ ਹੁੰਦੀ ਸਪੈਨੋਲਾਈਜ਼ ਠੀਕ ਆ ਠੀਕ ਹੈ ਇਹ ਵੀ ਜਿਆਸ ਲਾ ਵੀ ਇਹ ਵੀ ਸਾਡੀ ਨਿਕਲ ਕਰਾਉਣ ਦੀ ਲਾ ਨਿਕਲ ਕਰਾਉਣ ਦੀ ਨਾ ਠੀਕ ਆ ਮਤਲਬ ਕਿ ਲਾਈ ਦੇ ਨਾਲ ਤੁਸੀਂ ਇਸ ਚੀਜ਼ ਨੂੰ ਮੈਚ ਕਰਨਾ ਚਾਹੁੰਦੇ ਆ ਕਦੋਂ ਤੱਕ ਹੋ ਜਾਏਗਾ ਆਪਾਂ ਦੁਬਾਰਾ ਸ਼ੂਟ ਕਦੋਂ ਤੱਕ ਕਰ ਸਕਦੇ ਜਦੋਂ ਹੋਏਗਾ ਅਪਡੇਟ ਇਹ ਦੇਖਦੇ ਆ ਵੀਰੇ ਹੁਣ ਤਾਂ ਥੋੜਾ ਜਿਆ ਤੁਹਾਨੂੰ ਵੀ ਪਤਾ ਦਿੱਲੀ ਕਰਕੇ ਬੀਜੀ ਆ ਜਦੋਂ ਉਧਰੋਂ ਵਿਹਲੇ ਹੋਏ ਫਿਰ ਕਰਾਉਣੇ ਆ ਨਾ ਆਪਣੇ ਹੌਲਾ ਮਾਰਾ ਉਹਨਾਂ ਨੂੰ ਸਾਹਿਬ ਦਾ ਆਉਂਦਾ ਜਾਂ ਤੱਕ ਠੀਕ ਹੈ ਉਦੋਂ ਤੱਕ ਕਰਵਾ ਦੋਗੇ ਆਪਾਂ ਸੋ ਤੁਸੀਂ ਦੇਖਿਆ ਸੀਗੇ ਟੋਟਲ ਇਹਨਾਂ ਨੇ ਦੱਸਿਆ ਟੋਟਲ 1,70,000-75,000 ਨੀਅਰਲੀ 1,75,000 ਨੀਅਰਲੀ ਇਹਨਾਂ ਨੇ ਸਪੈਂਡ ਕੀਤਾ ਟਰੈਕਟਰ 'ਤੇ ਤੁਸੀਂ ਪਾਰਟ ਬਾਈ ਪਾਰਟ ਕਰਕੇ ਦੇਖ ਸਕਦੇ ਜੇ ਵੀਡੀਓ ਸਾਡੀ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਅਤੇ ਚੈਨਲ ਨੂੰ ਚੱਲਦੇ ਚੱਲਦੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਪੰਜਾਬੀ ਵਰਜਨ ਇੰਸਟਾਗ੍ਰਾਮ ਪੇਜ 'ਤੇ ਹੈਗਾ ਆ ਮਾਨ_ਕ੍ਰੀਏਟਰਸ 'ਤੇ ਥੈਂਕ ਯੂ ਸੋ ਮੱਚ